ਸਹਿਣ ਕਰੋ ਬੰਦੇ ਦੇ ਪੁੱਤ ਬਣ ਕੇ ਤੇ ਜਦੋਂ ਇਹਨਾਂ ਵੇਖਿਆ ਕਿ ਪੰਜਾਬ ਤੋਂ ਬਿਨਾਂ ਇੱਥੇ ਵੀ ਕਿਸੇ ਨੇ ਨਹੀਂ ਪੁੱਛਣਾ ਜੇ ਐਮਪੀ ਨਾ ਬਣੇ ਤੇ ਇੱਥੇ ਕਿਹਨੇ ਪੁੱਛਣਾ ਵਾ ਫਿਰ ਅਸਤੀਫਾ ਦੇਣ ਦਾ ਡਰਾਮਾ ਕਰਕੇ ਇੱਥੇ ਪੰਜਾਬ ਵਿੱਚ ਆਏ ਆ ਪਰ ਇਹਨਾਂ ਦੇ ਅਸਤੀਫੇ ਦਾ ਕੀ ਅਸਰ ਆ ਨਾ ਇਹਨਾਂ ਨੂੰ ਪੰਜਾਬ ਨੇ ਝੱਲਿਆ ਨਾ ਕਿਸਾਨਾਂ ਨੇ ਝੱਲਿਆ ਨਾ ਪੰਥ ਨੇ ਝੱਲਣਾ ਇਹਨਾਂ ਦੀ ਤਾਂ ਕਹਾਵਤ ਆ ਨਾ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾੜ ਦਾ ਹਾਲਾਤ ਜਿਹੜਾ ਇਹਨਾਂ ਨੇ ਹੁਣ ਤੱਕ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਪੱਲੇਦਾਰਾਂ ਪੰਥ ਨਾਲ ਜੋ ਧੱਕਾ ਕੀਤਾ ਹੁਣ ਤੱਕ ਉਹ ਤੁਹਾਡੇ ਸਾਹਮਣੇ ਆ ਇਹਨਾਂ ਦੀ ਹਾਲਾਤ ਨਾ ਖੁਦਾ ਹੀ ਮੇਰਾ ਨਾ ਵਸਾਲੇ ਸਲਮ ਸੈਂਟਰ ਚੋਂ ਵੀ ਗਏ ਪੰਜਾਬ ਨੀ ਝੱਲਦਾ ਕਿਉਂਕਿ ਇਹਨਾਂ ਦੇ ਗੁਨਾਹਾਂ ਦਾ ਘੜਾ ਭਰ ਚੁੱਕਿਆ ਅੱਜ ਡਰਾਮੇ ਕਰ ਰਹੇ ਆ ਇਹਨਾਂ ਨੇ ਜੇ ਧਰਨੇ ਮੁਜ਼ਾਹਰੇ ਕਰਨੇ ਅੱਜ ਕਿਸਾਨਾਂ ਨੇ ਸੱਦਾ ਦਿੱਤਾ ਸੀ ਇੱਥੇ ਸ਼ਾਮਲ ਹੁੰਦੇ ਮੈਕ ਨਾ ਮਿਲਦਾ ਪਿੱਛੇ ਬਹਿੰਦੇ ਇਹ ਪਿੱਛੇ ਬਹਿ ਕੇ ਕਿਸਾਨਾਂ ਦਾ ਸਮਰਥਨ ਕਰਦੇ ਪਰ ਇਹ ਤੇ ਰਾਜਨੀਤੀ ਕਰਦੇ ਆ ਪੈਰਾਂ ਥੱਲੇ ਨਿਕਲੀ ਸਿਆਸੀ ਜ਼ਮੀਨ ਅੱਜ ਜਿਹੜੀ ਖਿਸਕੀ ਜ਼ਮੀਨ ਉਹਨੂੰ ਹਾਸਲ ਕਰਨ ਵਿੱਚ ਫਿਰਦੇ ਆ ਕੰਧਾਂ ਨਾਲ ਵੱਜਦੇ ਫਿਰਦੇ ਆ ਜਾਂ ਬਾਦਲ ਕੇ ਜੋ ਇਹਨਾਂ ਦਾ ਹਸਰ ਹੋਇਆ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਕਿਸਾਨ ਭਰਾਵਾਂ ਨੂੰ ਸਾਡੇ ਖੂਨ ਦਾ ਕਦਰਾ ਕਦਰਾ ਤੁਹਾਡੇ ਨਾਲ ਆ ਆ ਜਿੰਨੀਆਂ ਯੂਨੀਅਨਾਂ ਤੁਸੀਂ ਇਕੱਠੇ ਹੋ ਕੇ ਕਿਸਾਨ ਯੂਨੀਅਨਾਂ ਬੈਠੇ ਹੋ ਕਿਸਾਨ ਭਰਾਓ ਇਸੇ ਤਰ੍ਹਾਂ ਏਕਤਾ ਦੇ ਨਾਲ ਰਲ ਕੇ ਹਮਲਾ ਮਾਰੋ ਮੈਂ ਗੱਲ ਗੁਰੂ ਤੋਂ ਡਰ ਕੇ ਪਰਮਾਤਮਾ ਤੋਂ ਡਰ ਕੇ ਦਾਅਵੇ ਨਾ ਕਹਿ ਸਕਦਾ ਮੈਨੂੰ ਹੋਰ ਦਾ ਤੇ ਪਤਾ ਨਹੀਂ ਪਰ ਆ ਜਿਹੜੇ ਬਿੱਲ ਪਾਸ ਹੋਏ ਆ ਤੁਹਾਡਾ ਹਰਿਆਣਾ ਤੇ ਤੁਹਾਡਾ ਪੰਜਾਬ ਇਹਦੇ ਚੋਂ ਬਾਹਰ ਹੋਣਗੇ ਜੇ ਤੁਸੀਂ ਇਸੇ ਤਰ੍ਹਾਂ ਮੁਜ਼ਾਹਰਾ ਕੀਤਾ ਏਕਤਾ ਦਾ ਸਬੂਤ ਦਿੱਤਾ ਤੇ ਕੇਂਦਰ ਸਰਕਾਰ ਨੂੰ ਇਹ ਬਿੱਲ ਤੁਹਾਡੇ ਲਈ ਬਦਲਣਾ ਪਊਗਾ ਭਾਰਤ ਚ ਹੋਰ ਕਿਤੇ ਬਦਲਣ ਚਾਹੇ ਨਾ ਬਦਲਣ ਸੋ ਇਸ ਕਰਕੇ ਏਕਤਾ ਦਾ ਸਬੂਤ ਦਿੰਦੇ ਹੋਏ ਆਪਣੇ ਸੰਘਰਸ਼ ਨੂੰ ਹੋਰ ਤਗੜਾ ਕਰੋ ਮੈਂ ਆਪਣੇ ਸਾਰੇ ਨੌਜਵਾਨ ਭਰਾਵਾਂ ਬੱਚਿਆਂ ਬਜ਼ੁਰਗਾਂ ਮਤਾਵਾਂ ਬੀਬੀਆਂ ਭੈਣਾਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਘਰਾਂ ਦਾ ਕੰਮ ਛੱਡ ਕੇ ਸੜਕਾਂ ਤੇ ਬੈਠੇ ਆ ਮੈਂ ਕੱਲ ਹਰਿਆਣੇ ਚ ਸੀ ਮੈਨੂੰ ਪ੍ਰੈਸ ਨੇ ਪੁੱਛਿਆ ਕਹਿੰਦੇ ਜੀ ਤੁਹਾਡਾ ਮੈਂ ਕਿਹਾ ਇਹ ਜਿਹੜੇ ਕਿਸਾਨ ਇਹਨਾਂ ਦਾ ਕੰਮ ਖੇਤਾਂ ਚ ਕੇਂਦਰ ਸਰਕਾਰ ਇਹਨਾਂ ਨੂੰ ਖੇਤਾਂ ਚ ਕੰਮ ਕਰਨ ਦੇਵੇ ਇਹਨਾਂ ਨੂੰ ਸੜਕਾਂ ਤੇ ਨਾ ਭਾਵੇ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਤੁਰੰਤ ਕੇਂਦਰ ਸਰਕਾਰ ਪੂਰੀਆਂ ਕਰੇ ਇਹ ਕਿਸਾਨ ਰੀੜ ਦੀ ਹੱਡੀ ਆ ਇਹ ਰਾਤਾਂ ਨੂੰ ਜਾਗ ਕੇ ਸੱਪਾਂ ਦੀਆਂ ਸਿੜੀਆਂ ਮਿੱਧ